ਫਗਵਾੜਾ ਵਿਖੇ ਦੇਰ ਸ਼ਾਮ ਇੱਕ ਵਿਆਹ ਸਮਾਗਮ ਦੌਰਾਨ ਦੋ ਧਿਰਾਂ ਵਿਚਕਾਰ ਹੋਈ ਲੜਾਈ ਝਗੜੇ ਦੌਰਾਨ ਚੱਲੀ ਗੋਲੀ ਨਾਲ ਦੋ ਵਿਅਕਤੀ ਜ਼ਖਮੀ ਹੋ ਗਏ। ਇਸ ਘਟਨਾਕ੍ਰਮ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਕਾਰ 'ਤੇ ਉਤਰਦੇ ਇੱਕ ਵਿਅਕਤੀ ਦੀ ਖੜ੍ਹੇ 4 ਤੋਂ 5 ਜਣਿਆਂ ਨਾਲ ਗੱਲਬਾਤ ਕਰਦੇ ਹੋਏ ਲੜਾਈ ਹੋ ਗਈ। ਵਧੇਰੇ ਜਾਣਕਾਰੀ ਦਿੰਦੇ ਹੋਏ ਸਿਵਲ ਹਸਪਤਾਲ ਫਗਵਾੜਾ ਦੇ ਡਾਕਟਰ ਅਣਜੇਤਨੀ ਨੇ ਦੱਸਿਆ ਕਿ ਦੇਰ ਸ਼ਾਮ ਦੋ ਵਿਅਕਤੀਆਂ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ ਸੀ, ਜਿਨ੍ਹਾਂ ਵਿੱਚੋਂ ਬਲਵਿੰਦਰ ਸਿੰਘ ਨਾਮ ਦੇ ਨੌਜਵਾਨ ਦੇ ਹੱਥ 'ਤੇ ਸੱਟ ਸੀ, ਜਦਕਿ ਉਸਦਾ ਦੂਸਰਾ ਸਾਥੀ ਬਲਵੀਰ ਸਿੰਘ ਜਿਸਦੇ ਪਿੱਠ 'ਤੇ ਗੋਲੀ ਲੱਗੀ ਹੋਈ ਸੀ। ਉਹਨਾਂ ਦੱਸਿਆ ਕਿ ਦੋਵੇਂ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਇਲਾਜ ਲਈ ਵੱਡੇ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਹੈ। ਉੱਧਰ ਇਸ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ SP ਫਗਵਾੜਾ ਸਰਵਜੀਤ ਸਿੰਘ ਵਾਹੀਆ ਅਤੇ DSP ਪਰਮਜੀਤ ਸਿੰਘ ਭਾਰੀ ਪੁਲਿਸ ਸਮੇਤ ਹਸਪਤਾਲ ਪਹੁੰਚੇ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ SP ਸਰਵਜੀਤ ਸਿੰਘ ਵਾਹੀਆ ਨੇ ਦੱਸਿਆ ਕਿ ਸਥਾਨਕ ਪੈਲਸ ਵਿਖੇ ਵਿਆਹ ਸਮਾਗਮ ਸੀ, ਜਿੱਥੇ ਕਿ ਦੋ ਧਿਰਾਂ ਵਿਚਕਾਰ ਹੋਈ ਲੜਾਈ ਦੌਰਾਨ ਚੱਲੀ ਗੋਲੀ ਵਿੱਚ ਦੋ ਨੌਜਵਾਨ ਜ਼ਖਮੀ ਹੋਏ ਹਨ। ਉਹਨਾਂ ਦੱਸਿਆ ਕਿ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅੱਜ ਤਕਰੀਬਨ 7 ਵਜੇ ਦੇ ਨੇੜੇ ਦੋ ਪੇਸ਼ੈਂਟ ਬਲਵਿੰਦਰ ਸਿੰਘ ਅਤੇ ਬਲਵੀਰ ਸਿੰਘ ਮੈਡੀਕਲ ਲੀਗਲ ਇੰਜਰੀਆਂ ਨਾਲ ਆਏ, ਜਿਨ੍ਹਾਂ ਵਿੱਚੋਂ ਬਲਵਿੰਦਰ ਸਿੰਘ ਜਿਹੜਾ ਸੀਗਾ ਉਹਦੇ ਖੱਬੇ ਹੱਥ 'ਤੇ ਸੱਟ, ਕਾਫੀ ਡੂੰਘੀ ਸੱਟ ਸੀਗੀ, ਅਤੇ ਬਲਵੀਰ ਸਿੰਘ ਜਿਹੜਾ ਸੀਗਾ ਉਹਦੇ ਤਿੱਖੀਆਂ ਸੱਟਾਂ ਵੀ ਸੀ ਛੋਟੀਆਂ ਮੋਟੀਆਂ, ਬਟ ਉਹਦੇ ਪਿੱਛੇ ਪਿੱਠ 'ਤੇ ਇੱਕ ਪਰਫੋਰੇਟਿੰਗ ਟਾਈਪ ਔਫ ਜਿਵੇਂ ਗਨਸ਼ਾਟ ਇੰਜਰੀ ਲੱਗਦੀ ਸੀਗੀ। ਦੋਨਾਂ ਨੂੰ ਸ਼ੁਰੂਆਤੀ ਇਲਾਜ ਦਿੱਤਾ ਗਿਆ, ਜਿਹਦੇ ਬਾਅਦ ਦੋਨਾਂ ਨੂੰ ਜਿਹੜੇ ਰਿਸਪੈਕਟਿਵ ਜਿਹੜੇ ਸਪੈਸ਼ਲਿਸਟ ਬਲਵਿੰਦਰ ਸਿੰਘ ਨੂੰ ਆਰਥੋਸਪੀਡ ਕੰਡੀਸ਼ਨ ਨਾਲ ਗੱਲ ਕੀਤੀ ਇਹਦੇ ਬਾਰੇ, ਜਿਹਦੇ ਵਿੱਚ ਉਹਨਾਂ ਨੇ ਮੈਨੂੰ ਦੱਸਿਆ ਕਿ ਇਹਨਾਂ ਨੂੰ ਰੈਫਰ ਕੀਤਾ ਜਾਏ, ਅਤੇ ਦੂਜਾ ਜਿਹੜਾ ਗਨਸ਼ਾਟ ਇੰਜਰੀ ਵਾਲਾ ਸੀ ਉਹਨਾਂ ਨੂੰ ਵੀ ਹੈਲਥ ਸੈਂਟਰ ਸਰਜਨ ਡਾਕਟਰ ਰਵੀ ਨੇ ਰੈਫਰ ਕਰਨ ਨੂੰ ਕੀਤਾ, ਜਿਹਨਾਂ ਨੂੰ ਰੈਫਰ ਕਰ ਦਿੱਤਾ। ਡਾਕਟਰ ਸਾਹਿਬ ਦੋਨੇ ਖਤਰੇ ਤੋਂ ਬਾਹਰ ਹੈ, ਦੋਨੇ ਖਤਰੇ 'ਚ ਗਏ ਸਨ? ਸ਼੍ਰੀਮਾਨ ਜੀ, ਇਹਨਾਂ ਦੋਨਾਂ 'ਚੋਂ ਜਿਹੜਾ ਗਨਸ਼ਾਟ ਵਾਲਾ ਇੰਜਰੀ ਆ ਵਾਲਾ ਉਹ ਖਤਰੇ ਸੀਗਾ, ਪਰ ਉੱਪਰ ਵਾਲਾ ਜਿਹੜਾ ਸੀ ਉਹਦੇ ਸ਼ੁਰੂਆਤੀ ਟਾਂਕੇ ਵਗੈਰਾ ਲਗਾ ਕੇ ਜੋ ਇੰਜੈਕਸ਼ਨ ਚਾਹੀਦੇ ਸੀ। ਦੱਸੋ ਕਿੰਨੀਆਂ ਗੋਲੀਆਂ ਲੱਗੀਆਂ ਲੱਗਦੀਆਂ ਉਹਦੇ? ਦੇਖੋ, ਉਹ ਪਰਫੋਰੇਟਿੰਗ ਇੰਜਰੀ ਸਿੰਗਲ ਲੱਗਦੀ ਸੀਗੀ, ਉਹਦਾ ਉਹ ਕੋਈ ਐਗਜ਼ਿਟਿੰਗ ਇੰਜਰੀ ਮੈਨੂੰ ਨਹੀਂ ਲੱਭਿਆ, ਬਟ ਪਿੱਠ ਵਾਲੇ ਪਾਸੇ ਉਹਦੇ ਜਿਹੜੇ ਖੱਬੇ ਪਾਸੇ ਸੀਗਾ। ਅਤੇ ਜਿਹਦੇ ਹੱਥ 'ਤੇ ਸੱਟ ਲੱਗੀ ਉਹ ਕਿੰਨੀ ਕਿਲੋ ਦੀ ਸੱਟ ਸੀਗੀ? ਜਿਹਦੇ ਹੱਥ 'ਤੇ ਸੱਟ ਲੱਗੀ ਸੀ ਕਾਫੀ ਸੀਗੀ, ਉਹਦਾ ਤਕਰੀਬਨ ਜਿਵੇਂ ਸੈਕਿੰਡ ਜਾਂ ਦੂਜੇ ਵੱਡੀ ਸਾਰੀ ਸੀਗੀ, ਉਹ ਦੂਜੇ ਤੱਕ ਹੱਥ ਦੇ ਮਿਡ ਤੱਕ ਪਹੁੰਚੀ ਪਈ ਸੀਗੀ ਪੂਰਾ ਅਕਰੋਸ। ਸਰ ਕੀ ਮਾਮਲਾ, ਜਿਹੜਾ ਅੱਗੇ ਗੋਲੀਆਂ ਚੱਲੀਆਂ ਆ, ਕੁਛ ਵਿਅਕਤੀ ਜ਼ਖਮੀ ਹੋਏ? ਅੱਜ ਜਿਹੜੀ ਹੁਣੇ ਸਾਨੂੰ ਇਨਫੋਰਮੇਸ਼ਨ ਆਈ ਆ, NYR ਇੱਥੇ ਪੈਲਸ ਦੇ ਵਿੱਚ ਕੋਈ ਵਿਆਹ ਸੀਗਾ, ਹਾਲੇ ਸਾਨੂੰ ਬਿਲਕੁਲ ਕਲੀਅਰ ਨਹੀਂ ਹੋਇਆ। ਔਰ ਜਲੰਧਰ ਤੋਂ ਬਰਾਤ ਆਈ ਸੀ ਅਤੇ ਆਪਣਾ ਲੜਕੀ ਵਾਲੇ ਫਗਵਾੜੇ ਤੋਂ ਸੀਗੇ, ਜਿਹੜੇ ਉਹ ਵੀ ਵਿਦੇਸ਼ ਤੋਂ ਆਏ ਹੋਏ ਆ, ਪਰ ਆਪਣਾ ਹਾਲੇ ਤੱਕ ਜਿਹੜੀ ਮੁੱਢਲੀ ਜਾਣਕਾਰੀ ਜਿਹੜੀ ਸਿਰਫ ਸਾਡੇ ਕੋਲ ਇੰਨੀ ਹੈਗੀ ਆ ਵੀ ਦੋ ਬੰਦੇ ਇੰਜਰਡ ਹੋਏ ਆ, ਔਰ ਇੱਕ ਦੇ ਆਪਣੇ ਗੋਲੀ ਲੱਗੀ ਔਰ ਇੱਕ ਦੇ ਕਿਰਪਾਨ ਲੱਗੀ ਹੋਈ ਆ, ਔਰ ਜਲੰਧਰ ਦੇ ਬੰਦੇ ਆ ਜੋ ਜਿਨ੍ਹਾਂ ਨੇ ਇਹ ਸਾਰਾ ਕੁਝ ਕੀਤਾ। SP ਸਾਹਿਬ, ਮੌਕੇ ਸਾਹਮਣੇ ਆਇਆ ਵੀ ਗੋਲੀਆਂ ਕਿੰਨੀਆਂ ਕੁ ਚੱਲੀਆਂ ਲੱਗਦਾ ਸੀ? ਇੱਕ ਜਾਂ ਦੋ ਫਾਇਰ ਕੀਤੇ ਜੋ ਦੱਸ ਰਿਹਾ ਵੀ ਇੱਕ ਦੋ ਫਾਇਰ ਹੋਏ ਆ। ਕੋਈ ਅਰੈਸਟ ਵੀ ਹੋਇਆ ਜੀ? ਕੋਈ ਮੌਕੇ ਤੇ ਕਹਿੰਦੇ ਬੰਦੇ ਫਿਲਹਾਲ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ, ਐਜ਼ ਪਰ ਲਾ ਜਿਹੜੀ ਹੈਗੀ ਕਾਰਵਾਈ ਕਰਾਂਗੇ। ਕਿੰਨੇ ਟੋਟਲ ਕਿੰਨੇ ਜ਼ਖਮੀ ਹੋ ਗਏ ਜੀ? ਦੋ ਬੰਦੇ ਜ਼ਖਮੀ ਜੋ ਸਾਨੂੰ ਦੱਸਿਆ ਵੀ ਦੋ ਬੰਦੇ ਜ਼ਖਮੀ ਹੈਗੇ ਆ ਜੋ ਇਹਨਾਂ ਨੇ ਲੜਕੀ ਵਾਲਿਆਂ ਨੇ ਦੱਸਿਆ। ਅਤੇ ਕੀ ਕਾਰਵਾਈ ਹੁਣ ਤੱਕ ਹੈ ਜੀ? ਹੁਣ ਉਹਨਾਂ ਦੀ ਸਟੇਟਮੈਂਟਸ ਲੈ ਕੇ ਜੋ ਕਾਰਵਾਈ ਕਰਾਂਗੇ ਉਹਨਾਂ 'ਤੇ ਕਾਰਵਾਈ FIR ਦਰਜ ਕਰਾਂਗੇ। ਐਨਕਾਊਂਟਰ ਫਗਵਾੜਾ ਤੋਂ ਨਿਸ਼ਾ ਸ਼ਰਮਾ ਦੀ ਰਿਪੋਰਟ।